ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੁਖੀ ਡਾਕਟਰ ਐਸ ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਟਰੱਸਟ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਅਤੇ ਟੀਮ ਮੈਂਬਰਾਂ ਵੱਲੋਂ ਸੜਕ ਹਾਦਸਿਆਂ ਦੀ ਰੋਕਥਾਮ ਕਰਨ ਦੇ ਮਕਸਦ ਨਾਲ ਗੱਡੀਆਂ ਦੇ ਉੱਪਰ ਰਿਫਲੈਕਟਰ ਲਗਾਏ ਗਏ, ਜਿਸ ਦੀ ਸ਼ੁਰੂਆਤ ਅੱਜ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ ਪੀ ਹੈੱਡਕੁਆਰਟਰ ਲਖਬੀਰ ਸਿੰਘ ਰਾਏ, ਟ੍ਰੈਫਿਕ ਪੁਲਿਸ ਇੰਚਾਰਜ ਪਲਵਿੰਦਰ ਸਜੀਤ ਸਿੰਘ, ਸਮਾਜ ਸੇਵੀ ਆਗੂ ਸੁਖਦੀਪ ਸਿੰਘ ਸੁਖਤੇਜਾ, ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸਕੱਤਰ ਤਵਿੰਦਰ ਸਿੰਘ, ਹਰਮਿੰਦਰ ਬੱਬੂ ਹਰਭਜਨ ਵੱਲੋਂ ਐਸ ਐਸ ਪੀ ਦਫ਼ਤਰ ਦੇ ਬਾਹਰ ਕੀਤੀ ਗਈ। ਆਪਣਾ ਸੁਰਿੰਦਰ ਭਾਅ ਜੀ ਤੁਹਾਡੀ ਇੱਧਰ ਆ, ਅੱਜ ਬਟਾਲਾ ਵਿਖੇ ਸਰਬੱਤ ਦਾ ਭਲਾ ਟਰੱਸਟ, ਜਿਹਦੇ ਕਿ ਡਾਕਟਰ ਐਸ ਪੀ ਸਿੰਘ ਬਰਾਏ ਸਾਹਿਬ, ਇਹਨਾਂ ਨੇ ਟ੍ਰੈਫਿਕ ਦੀ ਸਮੱਸਿਆ ਦੇ ਧਿਆਨ 'ਚ ਰੱਖਦੇ ਹੋਏ ਆਮ ਸਧਾਰਨ ਗੱਡੀਆਂ ਜਿਨ੍ਹਾਂ ਦੇ ਪਿੱਛੇ ਫੈਕਟਰ ਵਗੈਰਾ ਦੀ ਪ੍ਰੋਬਲਮ ਹੁੰਦੀ ਹੈ ਔਰ ਫੈਕਟਰ ਲਾਏ ਆ, ਜਿਹਦੇ ਨਾਲ ਕਿ ਰਾਤ ਨੂੰ ਚੱਲਣ ਸਮੇਂ ਇਹਨਾਂ ਦਾ ਬੜਾ ਵੱਡਾ ਫਾਇਦਾ। ਅਤੇ ਮੈਂ ਬਰਾਏ ਸਾਹਿਬ ਦਾ ਅਤੇ ਸੰਸਥਾ ਦਾ ਸਾਰੀ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸ਼ੁਭ ਕੰਮ ਕੀਤਾ, ਅਤੇ ਬੇਨਤੀ ਕਰਦਾ ਇਹਨਾਂ ਨੂੰ ਕਿ ਅੱਗੇ ਤੋਂ ਵੀ ਇੱਦਾਂ ਜਿਹੜੇ ਕੰਮ ਆ ਪਬਲਿਕ ਭਲਾਈ ਦੇ ਕਰਦੇ ਰਹਿਣ, ਅਤੇ ਸਾਡਾ ਸਹਿਯੋਗ ਜਿਹੜਾ ਇਹਨਾਂ ਨਾਲ ਬਣਿਆ ਰਹੂਗਾ ਹਰ ਪੱਖ ਤੋਂ। ਧੰਨਵਾਦ। ਸਰਬੱਤ ਦਾ ਭਲਾ ਟਰੱਸਟ ਜੋ ਕਿ ਅੱਜ ਬਟਾਲਾ ਵਿਖੇ, ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਟ੍ਰੈਫਿਕ ਸਾਡੇ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਕਿ ਟਰਾਲੀਆਂ, ਟਰੈਕਟਰ ਜਾਂ ਥਰੀ ਵੀਲਰ ਜਿਨ੍ਹਾਂ ਦੇ ਪਿੱਛੇ ਸਟਿੱਕਰ ਨਹੀਂ ਹੈਗੇ ਜਾਂ ਪਿੱਛੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ, ਉਹ ਲਾਉਣ ਦਾ ਇਹਨਾਂ ਨੇ ਉਪਰਾਲਾ ਕੀਤਾ। ਇਹਨਾਂ ਦੇ ਨਾਲ ਮਠਾਰੂ ਜਿਹੜੇ ਨੇ ਪੱਤਰਕਾਰ ਵੀ ਨੇ, ਉਹ ਵੀ ਉਹਨਾਂ ਵੱਲੋਂ ਵੀ ਇਹ ਜ਼ਿਆਦਾ ਵੱਡਾ ਉਪਰਾਲਾ ਕੀਤਾ ਗਿਆ। ਇਸ ਦੇ ਨਾਲ ਜੋ ਆਮ ਤੌਰ 'ਤੇ ਐਕਸੀਡੈਂਟ ਵਗੈਰਾ ਹੁੰਦੇ ਨੇ ਉਹਦੇ 'ਤੇ ਕਾਫੀ ਠੱਲ ਪਊਗੀ, ਅਤੇ ਮੈਂ ਹੋਰ ਟਰੱਸਟ ਨੂੰ ਹੋਰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਰ ਕੀਤੇ ਜਾਣ ਜਿਹਦੇ ਨਾਲ ਕਿ ਐਕਸੀਡੈਂਟ ਦੀ ਮਾਤਰਾ ਘਟੇ ਅਤੇ ਲੋਕਾਂ ਦੀਆਂ ਜਾਨਾਂ ਬਚ ਸਕਣ। ਧੰਨਵਾਦ। ਬਟਾਲਾ ਤੋਂ ਜਸਵਿੰਦਰ ਬੇਦੀ ਦੇ ਨਾਲ ਮਮਤਾ ਕੁਮਾਰ ਦੀ ਰਿਪੋਰਟ।